ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਅਫੀਮ ਦੀ ਮੰਗ ਕੀ ਉੱਠੀ ਕਿ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਅਫੀਮ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਪੁਲਿਸ ਦੇ ਵੱਲੋਂ ਇੱਕ ਅਜਿਹੇ ਨੌਜਵਾਨ ਨੂੰ ਕਾਬੂ ਕੀਤਾ ਗਿਆ ਜਿਸ ਨੇ ਘਰ ਦੇ ਵਿੱਚ ਅਫੀਮ ਬੀਜੀ ਹੋਈ ਸੀ। ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਇਸ ਦੇ ਘਰ ਛਾਪਾ ਮਾਰਿਆ ਗਿਆ ਔਰ ਘਰ ਦੇ ਵਿੱਚ ਲੱਗੇ 400 ਦੇ ਕਰੀਬ ਅਫੀਮ ਦੇ ਬੂਟੇ ਬਰਾਮਦ ਕੀਤੇ ਨੇ। ਪਠਾਨਕੋਟ ਦੇ ਪਿੰਡ ਭਵਰ ਦੇ ਵਿੱਚ ਇਹ ਨੌਜਵਾਨ ਆਪਣੇ ਘਰ ਦੇ ਵਿੱਚ ਅਫੀਮ ਦੀ ਖੇਤੀ ਕਰਦਾ ਸੀ ਤਾਂ ਪੁਲਿਸ ਦੇ ਵੱਲੋਂ ਇਹਨਾਂ ਦੇ ਘਰ ਛਾਪਾ ਮਾਰਿਆ ਗਿਆ ਤਾਂ ਸਾਰੇ ਬੂਟਿਆਂ ਨੂੰ ਬਰਾਮਦ ਕਰ ਲਿਆ ਔਰ ਇਸ ਨੌਜਵਾਨ 'ਤੇ NDPS ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਦੱਸ ਦਈਏ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਦੇ ਵੱਲੋਂ ਅਫੀਮ ਦੀ ਖੇਤੀ ਦੀ ਮੰਗ ਕੀਤੀ ਗਈ ਸੀ ਔਰ ਹੁਣ ਇਸ ਤਰੀਕੇ ਦੇ ਕਈ ਮਾਮਲੇ ਪੰਜਾਬ ਦੇ ਵਿੱਚ ਸਾਹਮਣੇ ਆ ਚੁੱਕੇ ਨੇ ਜਿਸ ਦੇ ਵਿੱਚ ਨੌਜਵਾਨ ਔਰ ਕਿਸਾਨ ਘਰ ਦੇ ਵਿੱਚ ਜਾਂ ਖੇਤ ਦੇ ਕਿਸੇ ਹਿੱਸੇ ਦੇ ਵਿੱਚ ਅਫੀਮ ਦੀ ਖੇਤੀ ਕਰਦੇ ਨੇ ਤਾਂ ਪੁਲਿਸ ਦੇ ਵੱਲੋਂ ਇੱਕ ਤੋਂ ਬਾਅਦ ਇੱਕ ਕਰਕੇ ਅਜਿਹੇ ਲੋਕਾਂ ਦੇ ਖਿਲਾਫ ਐਕਸ਼ਨ ਕੀਤੇ ਜਾ ਰਹੇ ਨੇ। ਤਾਂ ਪਠਾਨਕੋਟ ਦੇ ਪਿੰਡ ਭਵਰ ਦੇ ਵਿੱਚ ਇਹ ਨੌਜਵਾਨ ਜੋ ਪੁਲਿਸ ਦੀ ਹਿਰਾਸਤ ਵਿੱਚ ਹੈ, ਇਸ ਨੇ ਆਪਣੇ ਘਰ ਦੇ ਵਿੱਚ ਅਫੀਮ ਦੇ 400 ਬੂਟੇ ਲਾਏ ਹੋਏ ਸੀ ਤਾਂ ਪੁਲਿਸ ਦੇ ਵੱਲੋਂ ਛਾਪਾ ਮਾਰ ਕੇ ਸਾਰੇ ਬੂਟਿਆਂ ਨੂੰ ਜ਼ਬਤ ਕੀਤਾ ਗਿਆ ਔਰ ਇਸ ਨੌਜਵਾਨ 'ਤੇ NDPS ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਮੁਗਰੀ ਮਿਲ ਦੇ ਰੇਡ ਕੀਤਾ ਅਤੇ ਪੁਲਿਸ ਪਾਰਟੀ ਨਾਲ ਆਪਣਾ ਬਰਾਮਦਗੀ ਜਿਹਦੇ ਘਰ ਜੋ ਬੂਟਿਆਂ ਦੀ ਖੇਤੀ ਕਰਦਾ ਸੀ ਪੁਲਿਸ ਦੇ ਬੂਟਿਆਂ ਦੀ, ਕੁੱਲ 400 ਬੂਟਾ ਜਿਹੜਾ ਰਿਕਵਰ ਹੋਇਆ ਉਹਦੀ ਪਟਾਈ ਕਰਾ ਕੇ ਸੀਲ ਬੰਦ ਕਰਕੇ ਲਿਆਂਦਾ। ਕਿਹੜਾ ਪਿੰਡ ਕਿਹੜਾ ਜੀ? ਭੱਬਰ। ਬੰਦੇ ਅਰੈਸਟ ਵੀ ਕੀਤੇ? ਬੰਦਾ ਅਰੈਸਟ ਕੀਤਾ ਜੀ, ਜਿਹਨੇ ਜਿਹਨੇ ਲਾਈ ਸੀ। ਕਾਰਵਾਈ ਕੀ ਕਰ ਰਿਹਾ ਜੀ? NDPC ਐਕਟ ਦਾ ਮੁਕੱਦਮਾ ਦਰਜ ਹੋਇਆ ਜੀ 15-85 ਦਾ। ਕਿੰਨੇ ਬੰਦੇ ਅਰੈਸਟ ਹੋਏ? ਇੱਕ ਬੰਦਾ ਜੀ, ਕੋਈ ਅਰੈਸਟ ਹੋਇਆ ਜੀ।